ਜਿਹੜਾ ਰੇਸਿਸਿਮ ਪਿਛਲੇ 3-4 ਮਹੀਨਿਆਂ ਦੇ ਵਿੱਚ ਕੈਨੇਡਾ ਦੇ ਵਿੱਚ ਦੇਖਣ ਨੂੰ ਮਿਲ ਰਿਆ ਨਾ ਉਹ ਬਈ ਪਿਛਲੇ 7 ਸਾਲਾਂ ਦੇ ਵਿੱਚ ਮੈਨੂੰ ਦੇਖਣ ਨੂੰ ਨਹੀਂ ਮਿਲਿਆ ਹੋ ਕੀ ਰਿਹਾ ਆ ਕਿ ਹਰ ਕੋਈ ਐਂਟੀ ਇਮੀਗ੍ਰੈਂਟ ਐਂਟੀ ਇਮੀਗ੍ਰੈਂਟ ਗੱਲ ਕਰ ਰਿਹਾ ਕੋਈ ਤੁਸੀਂ ਟਿਕਟੋਕ ਖੋਲੋ ਤੁਸੀਂ ਕੋਈ ਇੰਸਟਾਗ੍ਰam ਖੋਲੋ ਹਰ ਇੱਕ ਚੀਜ਼ ਦੇ ਉੱਤੇ ਆਪਣੇ ਬੰਦਿਆਂ ਨੂੰ ਭੰਡਿਆ ਜਾ ਰਿਹਾ ਪਰ ਮੇਰੇ ਅਕੋਰਡਿੰਗ ਯਾਰ ਆਪਣੇ ਬੰਦੇ ਇੰਨੇ ਵੀ ਮਾੜੇ ਨਹੀਂ ਹੈਗੇ ਆਪਣੇ ਬੰਦੇ ਜਿੰਨੇ ਆਪਣੇ ਬੰਦੇ ਮਿਹਨਤ ਕਰਦੇ ਮੈਨੂੰ ਨਹੀਂ ਲੱਗਦਾ ਕਿ ਕੋਈ ਕਮਿਊਨਿਟੀ ਕਰਦੀ ਹੋਏਗੀ ਕਈ ਲੋਕ ਇਹ ਕਹਿ ਰਹੇ ਆ ਕਿ ਇਹ ਸਿਰਫ ਪੋਲਿਟਿਕਸ ਹੋ ਰਹੀ ਆ ਐਂਟੀ ਇਮੀਗ੍ਰੈਂ ਇਮੀਗ੍ਰੈਂਟਸ ਨੇ ਉਹਨਾਂ ਦੇ ਖਿਲਾਫ ਹੇਟ ਫਲਾਈ ਜਾ ਸਕੇ ਤੇ ਜਦੋਂ ਵੋਟਾਂ ਆਈਆਂ ਤੇ ਵੋਟਾਂ ਲਈਆਂ ਜਾ ਸਕਣ ਬਾਅਦ ਵਿੱਚ ਵੋਟਾਂ ਤੋਂ ਬਾਅਦ ਫਿਰ ਇਦਾਂ ਹੀ ਹੋ ਜਾਣਾ ਜਿਹੜਾ ਬੰਦਾ ਪਹਿਲਾਂ ਮੰਨ ਲਓ ਕਿ ਤੁਸੀਂ 90 ਬੰਦਿਆਂ ਨੂੰ ਵਧੀਆ ਕਹਿੰਦਾ ਸੀ 10 ਬੰਦਿਆਂ ਨੂੰ ਮਾੜਾ ਕਹਿੰਦਾ ਸੀ ਅੱਜ ਦੇ ਟਾਈਮ ਉਹੀ ਬੰਦਾ 90 ਨੂੰ ਮਾੜਾ ਤੇ 10 ਨੂੰ ਵਧੀਆ ਕਹਿ ਰਿਹਾ ਤੇ ਇਹ ਸਿਰਫ ਸਿਰ ਜਾਇਆ ਜਾ ਰਿਹਾ ਇੰਡੀਅਨਸ ਦੇ ਉੱਤੇ ਇੰਡੀਅਨਸ ਤੋਂ ਬਾਅਦ ਜਿਹੜੀ ਇੱਕ ਛੋਟੀ ਕੈਟਾਗਰੀ ਆ ਜਾਂਦੀ ਹੈ ਉਹ ਆ ਜਾਂਦੀ ਹੈ ਇੰਟਰਨੈਸ਼ਨਲ ਸਟੂਡੈਂਟਸ ਉਹਨਾਂ ਦੇ ਉੱਤੇ ਸਾਰਾ ਮਾਹੌਲ ਬਣਾਇਆ ਜਾ ਰਿਹਾ ਕਿ ਇਹ ਆਇਆ ਬਈ ਜੌਬਾਂ ਤੁਹਾ ਯਾਰ ਮੈਨੂੰ ਇਹ ਨਹੀਂ ਗੱਲ ਸਮਝ ਲੱਗਦੀ ਕਿ ਇੱਕ ਜਗ੍ਹਾ ਤੇ ਜਿੱਥੇ ਬੰਦਾ ਜਿਹੜਾ ਇੰਡੀਆ ਤੋਂ ਆਇਆ ਜਿਹੜੇ ਸਟੂਡੈਂਟ ਨੂੰ ਓਨੀ ਜ਼ਿਆਦਾ ਮੈਂ ਕਹੂੰਗਾ ਕਿ ਇੰਗਲਿਸ਼ ਵੀ ਨਹੀਂ ਆਉਂਦੀ ਉਹ ਜੌਬ ਲੈ ਰਿਹਾ ਉੱਥੇ ਜਿਹੜੇ ਤੁਹਾਡੇ ਜਵਾਬ ਇੱਥੋਂ ਦੇ ਆ ਜਿਨ੍ਹਾਂ ਨੂੰ ਇੰਗਲਿਸ਼ ਵੀ ਜ਼ਬਰਦਸਤ ਆਉਂਦੀ ਹੈ ਜੇ ਤੁਸੀਂ ਕਹਿੰਦੇ ਉਹਨਾਂ ਕੋਲ ਸਕਿੱਲਸ ਵੀ ਵਧੀਆ ਉਹਨਾਂ ਨੂੰ ਨਹੀਂ ਜੌਬ ਮਿਲ ਰਹੀ ਇਹ ਕਿਵੇਂ ਹੋ ਸਕਦਾ ਸੋ ਇਹਦੇ ਵਿੱਚ ਤੁਹਾਡੇ ਜਵਾਬਾਂ ਦੀ ਜਾਂ ਫਿਰ ਜਿਹੜੇ ਇੱਥੇ ਰਹਿ ਰਹੇ ਆ ਜਿਹੜੇ ਇਹ ਚੀਜ਼ਾਂ ਬੋਲਦੇ ਆ ਉਹਨਾਂ ਦੇ ਵਿੱਚ ਹੀ ਕੋਈ ਨਾ ਕੋਈ ਕਮੀ ਆ ਸਾਡੇ ਜਿਹੜੇ ਬਈ ਇੰਡੀਅਨਸ ਹੈਗੇ ਆ ਜਾਂ ਜਿਹੜੇ ਸਾਊਥ ਏਸ਼ੀਅਨ ਹੈਗੇ ਆ ਉਹ ਬਈ ਬਹੁਤ ਜ਼ਿਆਦਾ ਮਿਹਨਤੀ ਆ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਹੋ ਸਕਦਾ ਉਹਨਾਂ ਦੇ ਵਿੱਚੋਂ 10 ਮਾੜੇ ਹੋਣ ਪਰ ਦਸਾਂ ਦੇ ਕਰਕੇ ਪੂਰੀ ਕਮਿਊਨਿਟੀ ਨੂੰ ਬਦਨਾਮ ਕਰਨਾ ਬਹੁਤ ਗਲਤ ਗੱਲ ਆ